ਅਜੋਕਾ ਸਿੱਖ ਸੰਘਰਸ਼ ਜੋ ਕਿ 1978 ਦੇ ਨਿਰੰਕਾਰੀ ਕਾਂਡ ਮਗਰੋਂ ਸ਼ੁਰੂ ਹੋਇਆ, ਇਸੇ ਸਮੇਂ ਦੌਰਾਨ ਇੱਕ ਘਟਨਾ ਹੁਸ਼ਿਆਰਪੁਰ ਦੇ ਕਸਬੇ ਬੁੱਲੋਵਾਲ ਵਿੱਚ ਵਾਪਰੀ ਸੀ, ਜਦੋਂ ਇੱਥੋਂ ਲਾਗਲੇ ਪਿੰਡ ਕੋਟਲੀ ਬਾਬਾ ਦਾਸ ਦੇ ਭਾਈ ਸੁਰਿੰਦਰ ਸਿੰਘ ਸੋਢੀ ਨੇ ਇਕੱਲੇ ਨੇ ਹੀ 15 ਨਿਰੰਕਾਰੀਆਂ ਨੂੰ ਜ਼ਿਮੀਂਦਾਰਾਂ ਦੇ ਤੂੜੀ ਵਾਲੇ ਸੰਦ ਤੰਗਲੀ ਨਾਲ ਕੁਟਾਪਾ ਚਾੜਿਆ ਸੀ। ਇਹ ਨਿਰੰਕਾਰੀ ਸਮਰਥਕ ਉੱਥੇ ਖੜ੍ਹੇ ਕੁਝ ਸਿੰਘਾਂ ਨੂੰ ਟਿੱਚਰਾਂ ਕਰ ਰਹੇ ਸੀ ਅਤੇ ਨਾਲ ਹੀ ਉਹਨਾਂ ਨੇ ਸਿੱਖ ਧਰਮ ਬਾਰੇ ਕੁਝ ਅਪਸ਼ਬਦ ਬੋਲੇ ਜੋ ਕਿ ਉੱਥੋਂ ਲੰਘ ਰਹੇ ਭਾਈ ਸੁਰਿੰਦਰ ਸਿੰਘ ਸੋਢੀ ਦੇ ਕੰਨੀ ਪਏ। ਇਸ ਤੋਂ ਬਾਅਦ ਜੋ ਕੁਝ ਬੁੱਲੋਵਾਲ ਦੀ ਧਰਤੀ ਤੇ ਪੂਰੇ ਬਾਜ਼ਾਰ ਨੇ ਦੇਖਿਆ, ਉਹ ਭਾਈ ਸਰੂਪ ਸਿੰਘ ਕੜਿਆਣਾ ਦੇ ਜਥੇ ਤੋਂ ਸਰਵਣ ਕਰੋ। ਅਨਮੋਹਣੀ ਸੂਰਤ ਵਾਲਾ ਇਹ ਸੁਰਿੰਦਰ ਸਿੰਘ ਸੋਢੀ ਅੱਜ ਬੁੱਲੋਵਾਲ ਦੇ ਅੱਡੇ ਵਿੱਚ ਖਲੋਤਾ ਮੂੰਗਫਲੀ ਚੱਬ ਰਿਹਾ। ਬਹੁਤ ਪਿਆਰ ਨਾਲ ਸੁਣਿਓ, ਬੁੱਲੋਵਾਲ ਅੱਡੇ ਵਿੱਚ ਸੋਢੀ ਦੇ ਤਾਏ ਦੇ ਪੁੱਤਾਂ ਦੀਆਂ ਦੁਕਾਨਾਂ ਹਜੇ ਵੀ ਹੈਗੀਆਂ, ਉਹਦੇ ਤਾਏ ਦੇ ਪੁੱਤਰਾਂ ਦੀਆਂ ਦੁਕਾਨਾਂ ਅਜੇ ਵੀ ਚੱਲਦੀਆਂ ਨੇ। ਦੁਕਾਨਾਂ ਦੇ ਬਾਹਰ ਖਲੋਤਾ ਮੂੰਗਫਲੀ ਚੱਬ ਰਿਹਾ, ਨਿਹੰਗ ਸਿੰਘ ਬਾਣਾ ਪਾਇਆ। ਇਹ ਉਸ ਟਾਈਮ ਦਾ ਦੌਰ ਹੈ, ਇਹ ਉਸ ਮੌਕੇ ਦੀ ਗਾਥਾ ਹੈ ਜਦੋਂ ਪੰਜਾਬ ਦੀ ਧਰਤੀ ਤੇ ਨਰਕ ਧਾਰੀਆਂ ਨੇ ਗੰਦ ਪਾਇਆ ਪਿਆ ਸੀ। ਨਰਕ ਧਾਰੀਏ ਐਸਾ ਬਕੀਆ ਬਾਦ ਬਗਵਾਸ ਕਰਦੇ ਸਨ ਕਿ ਉਹਨਾਂ ਦੇ ਮੂੰਹੋਂ ਨਿਕਲਦੇ ਅੱਖਰ ਸਿੱਖਾਂ ਦੇ ਦਿਲਾਂ ਨੂੰ ਮਨੋ ਸੱਪ ਵਾਂਗ ਡੰਗ ਜਾਂਦੇ ਸਨ। ਉਹ ਕੈਸੀ ਸ਼ਬਦਾਵਲੀ ਵਰਤਦੇ ਸਨ, ਮੈਂ ਤੁਹਾਡੇ ਕੋਲੋਂ ਮਾਫੀ ਮੰਗ ਕੇ ਉਹਨਾਂ ਦੀ ਸ਼ਬਦਾਵਲੀ ਵਿੱਚੋਂ ਦੋ ਕੁ ਗੱਲਾਂ ਤੁਹਾਡੀ ਸੇਵਾ ਦੇ ਵਿੱਚ ਰੱਖਣ ਲੱਗਾ। ਇਹ ਮੈਂ ਤੁਹਾਡੇ ਕੋਲੋਂ ਮਾਫੀ ਮੰਗ ਲਵਾਂ। ਸਿੱਖ ਦੇ ਮੂੰਹੋਂ ਇਹ ਸ਼ਬਦ ਸੋਭਾ ਨਹੀਂ ਦਿੰਦੇ, ਪਰ ਸਾਨੂੰ ਦੁਸ਼ਮਣਾਂ ਦਾ ਪੱਖ ਪੇਸ਼ ਕਰਨਾ ਪੈਂਦਾ। ਇਹ ਨਰਕ ਧਾਰੀਏ ਜਦੋਂ ਬੋਲਦੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਦੋਂ ਨਾਂ ਲੈਣਾ ਹੁੰਦਾ ਤਾਂ ਇਹ ਕਹਿੰਦੇ, ਆਹ ਗੱਲ ਤਾਂ ਕਾਗਜ਼ਾਂ ਦੇ ਥੱਬੇ ਵਿੱਚ ਲਿਖੀ ਹੋਈ ਆ। ਗੁਰੂ ਗ੍ਰੰਥ ਸਾਹਿਬ ਨੂੰ ਕਾਗਜ਼ਾਂ ਦਾ ਥੱਬਾ ਕਹਿੰਦੇ। ਇਹ ਇਸ ਢੰਗ ਦੇ ਨਾਲ ਬਗਵਾਸ ਕਰਦੇ ਹੁੰਦੇ ਸਨ। ਇਹ ਨਰਕ ਧਾਰੀਏ ਜਦੋਂ ਵੀ ਬੋਲਦੇ, ਬਾਣੇ ਨੂੰ ਇਹ ਘੱਗਰੀ ਕਹਿ ਕੇ ਬਣਾਉਂਦੇ ਸਨ। ਸਿੱਖੀ ਦੇ ਬਾਣੇ ਨੂੰ ਇਹ ਘੱਗਰੀ ਕਹਿ ਕੇ ਸੰਬੋਧਿਤ ਹੁੰਦੇ ਸਨ। ਐਸੀ ਇਹਨਾਂ ਦੀ ਮੰਦੀ ਭਾਵਨਾ, ਜੋ ਜੀ ਹੋਏ ਸੋ ਉਗਵੈ, ਮੂੰਹ ਕਾ ਕਿਹਾ ਵਾਹੂ। ਸਤਿਗੁਰੂ ਮਹਾਰਾਜ ਨੇ ਇਹ ਗੱਲ ਆਖੀ ਵੀ ਜਿੱਦਾਂ ਦੀ ਬੰਦੇ ਦੀ ਅੰਦਰ ਦੀ ਅਵਸਥਾ ਹੁੰਦੀ ਹੈ ਨਾ, ਉੱਦਾਂ ਦੇ ਉਹ ਸ਼ਬਦ ਉਹਦੇ ਮੂੰਹ ਵਿੱਚੋਂ ਨਿਕਲਦੇ ਨੇ। ਹੁਣ ਇਹ ਜਿਹੜੇ ਨਰਕ ਧਾਰੀਏ ਨੇ, ਇਹ 10-15 ਜਣੇ ਦੀ ਗਿਣਤੀ ਵਿੱਚ ਇਸ ਨਿਹੰਗ ਸਿੰਘ ਦੇ ਨੇੜੇ ਖਲੋਤੇ, ਕਿਸੇ ਨੂੰ ਨਹੀਂ ਪਤਾ ਵੀ ਇਹ ਸੋਢੀ ਆ, ਕਿਸੇ ਨੂੰ ਇਹ ਪਤਾ ਨਹੀਂ ਵੀ ਇਹ ਸੋਢੀ ਆ। ਤੇ 10-15 ਜਣੇ ਖੜੇ ਆ, ਦੋ ਜਣੇ ਮੋਟਰਸਾਈਕਲਾਂ ਤੇ ਆਏ, ਉਹਨਾਂ ਨੇ ਸੋਢੀ ਸਾਹਿਬ ਨੂੰ ਫਤਿਹ ਬੁਲਾ ਕੇ ਕਿਸੇ ਦਾ ਘਰ ਪੁੱਛਿਆ ਤੇ ਸੋਢੀ ਸਾਹਿਬ ਨੇ ਗੱਜ ਵੱਜ ਕੇ ਫਤਿਹ ਬੁਲਾਈਏ, ਨਰਕ ਧਾਰੀਏ ਸੜ ਬਲ ਕੇ ਕੋਲੇ ਹੋ ਗਏ। ਕਹਿਣ ਲੱਗੇ ਵੀ ਇਹਨੂੰ ਸਾਨੂੰ ਚੜਾਉਣ ਵਾਸਤੇ ਬੜੀ ਗੱਜ ਵੱਜ ਕੇ ਫਤਿਹ ਬੁਲਾਈ ਆ, ਤੇ ਇਹਦਾ ਹੁਣ ਆਪਾਂ ਮੌਜੂ ਉਡਾਉਣਾ, ਇਕੱਲਾ ਹੀ ਆ ਕੀ ਕਰ ਲਊਗਾ। ਇਹ 10-15 ਜਾਣੇ ਬਾਣੀ ਤੇ ਬਾਣੇ ਦੇ ਬਰਖਲਾ ਬੋਲਣ ਲੱਗਾ। ਇਹਨਾਂ ਨੇ ਬੜਾ ਊਲ ਜਲੂਲ ਬੋਲਿਆ, ਬੜਾ ਬਕੀਆ ਬਾਦ ਕੀਤਾ। ਕਦੇ ਕਹਿੰਦੇ ਨਿਹੰਗ ਸਿੰਘ ਕਿਹੜਾ ਨਹਾਉਂਦੇ ਹੁੰਦੇ ਆ, ਇਹ ਤਾਂ ਖੁਰਕਦੇ ਖਾਧੇ ਹੁੰਦੇ ਆ, ਬੜੇ ਊਲ ਜਲੂਲ ਬਗਵਾਸ ਕਰਦੇ ਆ। ਤੇ ਸੋਢੀ ਸਾਹਿਬ ਪਹਿਲਾਂ ਤੇ ਸੁਣਦੇ ਰਹੇ। ਕੱਲ ਦੇ ਦੀਵਾਨ ਵਿੱਚ ਜਿਵੇਂ ਮੈਂ ਸ਼ਬਦ ਆਖਿਆ ਸੀ ਕਿ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਕਿ ਮੂਰਖ ਗੰਢ ਪਵੇ ਮੂੰਹ ਮਾਰ। ਜੇ ਮੂਰਖ ਦਾ ਮੂੰਹ ਬੰਦ ਨਾ ਹੋਵੇ ਨਾ, ਉਹਦੇ ਮੂੰਹ ਤੇ ਵੱਟ ਕੇ ਫਿਰ ਥੱਪੜ ਮਾਰਨਾ ਚਾਹੀਦਾ। ਹੁਣ ਮੂਰਖ ਦੀ ਜ਼ਬਾਨ ਬੰਦ ਕਰਾਉਣ ਵਾਸਤੇ ਇਹ ਮੂਰਖਾਂ ਦੇ ਟੋਲੇ ਨੂੰ ਗਿੱਦੜ ਕੁੱਟ ਕਰਕੇ ਇੱਕ ਵਾਰ ਇਹਨਾਂ ਦੀ ਭਾਜੀ ਮੋੜਨ ਵਾਸਤੇ ਸੋਢੀ ਦੇ ਮਨ ਅੰਦਰ ਖਿਆਲ ਆ ਗਿਆ ਭਈ ਇਹ 15 ਜਾਣੇ ਨੇ ਤੇ ਮੈਂ ਇਕੱਲਾ, 15 ਨੇ ਇਹ ਕਿਹੜਾ ਬਹੁਤੇ ਨੇ। ਮੇਰੇ ਗੁਰੂ ਦਾ ਤੇ ਕਹਿਣਾ ਕਿ 1,25,000 ਸੇ ਏਕ ਲੜਾਉ, ਇਹ ਕਿਹੜਾ 1,25,000 ਹੈ, ਇਹ ਤਾਂ ਹੈ ਹੀ ਕੇਵਲ 15 ਜਾਣੇ ਖਲੋਤੇ ਨੇ। ਵੇਖਦੇ ਇਹਨਾਂ ਨਾਲ ਦੋ ਹੱਥ ਕਰਦੇ ਆ, ਕੀ ਤੱਕਦੇ ਨੇ। ਇੱਕ ਜ਼ਿਮੀਂਦਾਰ ਬੰਦਾ ਤੁਰਿਆ ਆ ਰਿਹਾ, ਉਹ ਆਪਣੇ ਘਰ ਦੇ ਸੌਦੇ ਖਰੀਦ ਕੇ ਲੈ ਕੇ ਚੱਲਿਆ। ਉਹਨੇ ਮੋਢੇ ਤੱਕ ਨਵੀਂ ਤਰੰਗਲੀ ਰੱਖੀ ਹੋਈ ਆ। ਕਈ ਇਲਾਕਿਆਂ ਵਿੱਚ ਤੰਗਲੀ ਸਾਦੇ ਨੇ ਤੇ ਕਈ ਇਲਾਕਿਆਂ ਵਿੱਚ ਤਰੰਗਲੀ ਸਾਦੇ ਨੇ, ਸਾਡੇ ਦੁਆਬੇ ਵਾਲੇ ਤੰਗਲੀ ਕਹਿੰਦੇ ਨੇ। ਉਹ ਨਵੀਂ ਤੰਗਲੀ, ਮੈਂ ਤੰਗਲੀ ਸ਼ਬਦ ਵਰਤਾਂਗਾ, ਮੈਨੂੰ ਤੁਹਾਡੇ ਇਲਾਕਿਆਂ ਦਾ ਪਤਾ ਨਹੀਂ ਤੁਸੀਂ ਕੀ ਆਖਦੇ ਹੋ, ਤੂੜੀ ਇਕੱਠੀ ਕਰਨ ਵਾਲਾ ਇੱਕ ਔਜ਼ਾਰ ਹੈ।
ਹੋ ਜਿਹੜਾ ਨਵਾਂ ਔਜਾਰ ਖਰੀਦ ਕੇ ਜ਼ਿਮੀਦਾਰ ਘਰ ਨੂੰ ਜਾ ਰਿਹਾ। ਸੁਰਿੰਦਰ ਸਿੰਘ ਨੇ ਆਵਾਜ਼ ਮਾਰ ਕੇ ਆਖਿਆ, ਕਹਿਣ ਲੱਗੇ, ਵੀਰਾ ਆਹ ਤੰਗਲੀ ਨਵੀਂ ਖਰੀਦ ਕੇ ਲਿਆਂਦੀ ਆ? ਕਹਿੰਦਾ ਹਾਂ ਬਿਲਕੁਲ। ਕਿੰਨੇ ਦੀ ਆਈ ਆ? ਉਹ ਕਹਿੰਦਾ 12 ਰੁਪਈਆਂ ਦੀ ਆਈ ਆ, 1 ਸਾਲ ਦੀ ਗਰੰਟੀ ਆ। ਸੋਡੀ ਸਾਹਿਬ ਕਹਿਣ ਲੱਗੇ, ਬਈ ਗਰੰਟੀ ਇਹਦੀ ਕਿਹੜੀ ਚੀਜ਼ ਦੀ ਆ? ਕਹਿੰਦਾ ਨਾ ਡਾਂਗ ਟੁੱਟੂ, ਨਾ ਇਹਦੀਆਂ ਸੁੱਤਾਂ ਟੁੱਟਣਗੀਆਂ। ਸੁੱਤਾਂ ਉਹਨਾਂ ਸਿੱਖਾਂ ਜਿਹਾਂ ਨੂੰ ਕਿਹਾ ਜਾਂਦਾ ਹੈ, ਨਾ ਇਹਦੀਆਂ ਸੁੱਤਾਂ ਟੁੱਟਣਗੀਆਂ। ਸੋਡੀ ਸਾਹਿਬ ਕਹਿੰਦੇ ਹੁਣੇ ਪਰਖ ਕੇ ਵੇਖ ਲੈਂਦੇ ਆ। ਉਹ ਉਹਨਾਂ ਦੇ ਮੂੰਹ ਵੱਲ ਵੇਖੇ ਪਏ, ਨਿਹੰਗ ਸਿੰਘ ਕਿਹੜੀਆਂ ਬੁਝਾਰਤਾਂ ਪਾਈ ਜਾਂਦਾ। ਸੋਡੀ ਸਾਹਿਬ ਕਹਿਣ ਲੱਗੇ, ਛੋਲਿਆਂ ਦੇ ਫੋਟਕ ਉਤਾਰ ਦੂ ਕਿ ਨਹੀਂ? ਛੋਲਿਆਂ ਦੀ ਖੱਲ ਲਾ ਦੂ? ਉਹ ਇਹਨਾਂ ਦੇ ਮੂੰਹ ਵੱਲ ਵੇਖੇ ਵੀ ਇਹ ਕੀ ਕਹੀ ਜਾ ਰਿਹਾ ਸੂਰਮਾ, ਇਹ ਨਿਹੰਗ ਸਿੰਘ ਕੀ ਆਖੀ ਜਾ ਰਿਹਾ ਨੀਲੇ ਬਾਣੇ ਦੇ ਵਿੱਚ। ਸੋਡੀ ਨੇ ਉਹਦੇ ਹੱਥੋਂ ਤੰਗਲੀ ਫੜ ਲਈ, ਤੰਗਲੀ ਫੜ ਕੇ ਛੱਡਿਆ ਜਕਾਰਾ ਕੀ ਨਿੰਦਾ ਸੁਣੇ ਨਾ ਕਾਨ। ਇਹ ਸਾਡਾ ਪੈਗੰਬਰੀ ਤਰਾਨਾ ਹੈ, ਭਾਈ ਗੁਰਦਾਸ ਸਾਹਿਬ ਜੀ ਦੀ ਕਲਮ ਵਿੱਚੋਂ ਜਨਮੇ ਅੱਖਰ ਹੈ ਕਿ ਗੁਰ ਕੀ ਨਿੰਦਾ ਸੁਣੇ ਨਾ ਕਾਨ, ਭੇਟਾ ਸੰਗ ਕਰੇ ਕਿਰਪਾਨ। ਗੁਰੂ ਕੇ ਲਾਲ ਨੂੰ ਉਹ ਗੁਰੂ ਦੀ ਨਿੰਦਿਆ ਬਰਦਾਸ਼ਤ ਤੋਂ ਬਾਹਰ ਮਹਿਸੂਸ ਹੋਈ। ਉਹਨਾਂ ਤੰਗਲੀ ਫੜ ਕੇ ਇਹਨਾਂ ਪਾਪੀਆਂ ਦੀ ਗਿੱਦੜ ਕੁੱਟ ਕਰਨ ਵਾਸਤੇ ਜਕਾਰਾ ਛੱਡ ਦਿੱਤਾ। ਇਹ ਹੈ ਕਿ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ। ਇਹ ਦੀਨ ਮਜ਼ਬ ਨੂੰ ਮੁੱਖ ਰੱਖ ਕੇ ਸੂਰਾ ਰਣ ਤੱਤੇ ਵਿੱਚ ਨਿਤਰਨ ਲੱਗਾ। 15 ਵਿੱਚੋਂ 2 ਜਣੇ ਤਾਂ ਭੱਜਣ ਵਿੱਚ ਕਾਮਯਾਬ ਹੋ ਗਏ ਤੇ 13 ਜਣੇ ਉਹਨਾਂ ਦੀ ਗਿੱਦੜ ਕੁੱਟ ਹੋ ਰਹੀ। ਕਿਸੇ ਦਾ ਗੋਡਾ ਟੁੱਟਾ, ਕਿਸੇ ਦਾ ਮੋਢਾ ਟੁੱਟਾ, ਕਿਸੇ ਦੀ ਬਾਂਹ ਟੁੱਟੀ, ਕਿਸੇ ਦੀ ਲੱਤ ਟੁੱਟੀ। ਬਸ ਚਾਰੇ ਪਾਸਿਓਂ ਬੁੱਲੋਵਾਲ ਦੇ ਅੱਡੇ ਵਿੱਚ ਇੱਕੋ ਹੀ ਆਵਾਜ਼ ਆਉਂਦੀ, ਹਾਏ ਮਰ ਗਿਆ, ਹਾਏ ਮਰ ਗਿਆ। ਜਿੱਧਰ ਪੈਂਦੀ ਆ ਨਰਕ ਧਾਰੀਆਂ ਦੀਆਂ ਚੀਕਾਂ ਕਢਾਈ ਜਾਂਦਾ ਸੂਰਮਾ। ਇਕੱਲੇ ਦੇ ਸਾਹਮਣੇ 13 ਜਣਿਆਂ ਦੀ ਕੋਈ ਪੇਸ਼ ਨਾ ਗਈ। ਇਕੱਲਾ ਸੂਰਮਾ ਜਕਾਰਾ ਛੱਡ ਕੇ ਨਾ ਇਹਨਾਂ ਦੀ ਸੁਧਾਈ ਕਰੀ ਜਾ ਰਿਹਾ ਤੇ ਉਧਰ ਸਰਦਾਰ ਭਜਨ ਸਿੰਘ ਜਿਹਦੀ ਤੰਗਲੀ ਆ, ਜਿਹੜਾ ਤੰਗਲੀ ਨਵੀਂ ਖਰੀਦ ਕੇ ਲੈ ਕੇ ਆ, ਉਹਨੇ ਵੇਖਿਆ ਵੀ ਮਾਮਲਾ ਉਲਝ ਗਿਆ। ਉਹ ਆਪਣੇ ਸੌਦਿਆਂ ਵਾਲੇ ਝੋਲੇ ਚੱਕ ਕੇ ਫਟਾਫਟ ਹਰਨ ਹੋਣ ਲੱਗਾ ਤੇ ਸੋਢੀ ਸਾਹਿਬ ਭੱਜ ਕੇ ਜਾ ਕੇ ਉਹਦੇ ਮਗਰ ਜਾ ਕੇ ਕਹਿਣ ਲੱਗੇ, ਲੈ ਬਈ ਮਿੱਤਰਾ, ਤੰਗਲੀ ਤੇਰੀ ਵਾਕਈ ਬੜੀ ਪੱਕੀ ਆ, ਇਹ ਵਾਕਈ ਨਹੀਂ ਧੋਖਾ ਦਊਗੀ, ਇਹਦੀਆਂ ਸੁੱਤਾਂ ਵੀ ਪੱਕੀਆਂ ਤੇ ਇਹਦੀ ਲਾਠੀ ਵੀ ਪੱਕੀ ਆ, ਲੈ ਫੜ, ਤੇਰਾ ਬਹੁਤ ਧੰਨਵਾਦ ਹੈ। ਤੇ ਉਹ ਜਿਹੜਾ ਭਜਨ ਸਿੰਘ ਉਹ ਕਹਿਣ ਲੱਗਾ, ਮਰਿਆ ਸੱਪ ਮੇਰੇ ਗਲ ਪਾਉਣ ਲੱਗਾ, ਲਹੂ ਨਾਲ ਲਿਬੜੀ ਇਹ ਤੰਗਲੀ ਮੈਨੂੰ ਫੜਾਉਣ ਲੱਗਾ, ਪੁਲਿਸ ਆਊਗੀ ਤੇ ਮੈਂ ਵੀ ਫੜਿਆ ਜਾਊਂਗਾ। ਤੇ ਸੋਢੀ ਸਾਹਿਬ ਕਹਿਣ ਲੱਗੇ, ਤੇਰਾ ਨਾਂ ਕੀ ਆ? ਕਹਿੰਦਾ ਭਜਨ ਸਿੰਘ। ਕਹਿੰਦੇ ਪਿੰਡ ਕਿਹੜਾ? ਕਹਿੰਦਾ ਰਾਜੂ ਵਾਲਾ। ਤੇ ਸੋਢੀ ਸਾਹਿਬ ਕਹਿਣ ਲੱਗਾ, ਮੈਂ ਤੇਰਾ ਗੁਆਂਢੀ ਹੈ, ਕੋਟਲੀ ਬਾਬਾ ਦਾਸ ਦਾ ਰਹਿਣ ਵਾਲਾ, ਮੈਂ ਸੁਰਿੰਦਰ ਸਿੰਘ ਸੋਢੀ ਹਾਂ। ਜਦੋਂ ਭਜਨ ਸਿੰਘ ਨੇ ਇਹ ਸ਼ਬਦ ਸੁਣਿਆ, ਅੱਖਾਂ ਹੀ ਅੱਡੀਆਂ ਰਹਿ ਗਈਆਂ। ਕਹਿਣ ਲੱਗਾ, ਤੂੰ ਸੋਢੀ ਆ? ਤੂੰ ਤਾਂ 15-16 ਸਾਲਾਂ ਦਾ ਮਸੀ ਆ, ਤੇਰਾ ਤਾਂ ਨਾਂ ਬੜਾ ਇਸੇ ਇਲਾਕੇ ਵਿੱਚ ਸੁਣਿਆ। ਕਹਿਣ ਲੱਗਾ, ਲੈ ਤੇਰਾ ਧੰਨਵਾਦ ਆ, ਤੂੰ ਤੰਗਲੀ ਦਿੱਤੀ ਆ, ਕੋਈ ਸੇਵਾ ਦਾ ਮੌਕਾ ਹੋਏ ਤਾਂ ਦੱਸੀ। ਭਜਨ ਸਿੰਘ ਹੱਸ ਕੇ ਕਹਿਣ ਲੱਗਾ, ਮੈਂ ਕਿਹੜਾ ਤੇਰੇ ਕੋਲੋਂ ਬੰਦੇ ਮਰਾਉਣੇ ਜਿਹੜਾ ਸੇਵਾ ਦਾ ਮੌਕਾ ਦੱਸਾਂ।